ਪੰਜਾਬੀ ਨਿਰਡਰ ਨਿਰਪੱਖ ਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੇ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਅਪਡੇਟ। ਤੇ ਦੋਸਤੋ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਜੀ ਸੁਲਤਾਨਪੁਰ ਲੋਧੀ ਤੋਂ, ਜਿੱਥੋਂ ਕਿ ਮਿਲੇ ਨੇ ਪਾਕਿਸਤਾਨੀ ਗੁਬਾਰੇ। ਦੋਸਤੋ ਇੱਕ ਵਾਰੀ ਫਿਰ ਦੱਸਣਾ ਚਾਹੁੰਦਾ, ਸੁਲਤਾਨਪੁਰ ਲੋਧੀ ਤੋਂ ਮਿਲੇ ਨੇ ਜੀ ਪਾਕਿਸਤਾਨੀ ਗੁਬਾਰੇ। ਗੁਬਾਰਿਆਂ ਦੇ ਨਾਲ ਉਹਨਾਂ ਨੇ ਕੁਛ ਸਮਾਨ ਵੀ ਨੱਥੀ ਕਰਕੇ ਹਿੰਦੁਸਤਾਨ ਦੀ ਸਰਹੱਦ ਤੇ ਭੇਜਿਆ, ਲੇਕਿਨ ਜਿਸ ਤੋਂ ਸਾਫ ਜ਼ਾਹਰ ਹੋ ਗਿਆ ਕਿ ਇਹ ਪੱਕਾ ਸੰਬੰਧ ਇਹਨਾਂ ਗੁਬਾਰਿਆਂ ਦਾ ਪਾਕਿਸਤਾਨ ਦੇ ਨਾਲ ਹੈ। ਦੋਸਤੋ ਵਧੇਰੇ ਜਾਣਕਾਰੀ ਲਈ ਆਪਾਂ ਚੱਲਦੇ ਹਾਂ ਜੀ ਨਿਰਮਲ ਜੋਸ਼ਨ ਦੇ ਕੋਲ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਜੋਸ਼ਨ ਜੀ, ਹੁਣ ਤੱਕ ਦੀ ਕੀ ਅਪਡੇਟ ਹੈ? ਥਾਣਾ ਸੁਲਤਾਨਪੁਰ ਲੋਧੀ ਦੇ ਪਿੰਡ ਮੱਲੀਆਂ ਵਿੱਚੋਂ ਜੋ ਪਾਕਿਸਤਾਨੀ ਗੁਬਾਰੇ ਮਿਲੇ ਹਨ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈਗਾ, ਜਿਸ ਦੇ ਵਿੱਚੋਂ ਕੁਛ ਪਾਕਿਸਤਾਨੀ ਸਿੱਕੇ ਤੇ ਹੱਥ ਦੇ ਬਣੇ ਨਕਸ਼ੇ ਵੀ ਬਰਾਮਦ ਹੋਏ ਹਨ। ਅੱਛਾ, ਇਹ ਗੁਬਾਰੇ ਅੱਜ ਪਕੜੇ ਜਾਂ ਕੱਲ ਦੇ ਆਏ ਹੋਏ ਸੀ? ਇਹ ਗੁਬਾਰੇ ਅੱਜ ਸਵੇਰੇ ਜੋਗਿੰਦਰ ਸਿੰਘ ਥਾਣਾ ਉਹਨਾਂ ਦੇ ਖੇਤੇ ਵਿੱਚ ਡਿੱਗੇ ਪਏ ਸੀ। ਜਦੋਂ ਉੱਥੇ ਉਹ ਚੱਕਰ ਲਾਉਣ ਗਏ ਆਪਣੇ ਖੇਤਾਂ ਵਿੱਚ ਤੇ ਉਹਨਾਂ ਨੇ ਦੇਖਿਆ ਕਿ ਗੁਬਾਰਿਆਂ ਤੇ ਲਿਖਿਆ ਹੋਇਆ ਪਾਕਿਸਤਾਨ। ਉਹਨਾਂ ਨੇ ਫਿਰ ਜਲਦੀ ਪੁਲਿਸ ਨੂੰ ਸੂਚਿਤ ਕੀਤਾ। ਉਸ ਤੋਂ ਬਾਅਦ ਪੁਲਿਸ ਆਪਣੀ ਹਰਕਤ ਵਿੱਚ ਆਈ ਤੇ ਸਾਰਾ ਸਮਾਨ ਉਹਨਾਂ ਨੇ SSP ਦੀ ਅਗਵਾਈ ਹੇਠ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੋਸ਼ਨ ਜੀ, ਹੁਣ ਤੱਕ ਕੀ ਮਤਲਬ ਪ੍ਰਸ਼ਾਸਨ ਨੇ ਕਦਮ ਚੱਕਿਆ? ਪ੍ਰਸ਼ਾਸਨ ਹਾਲੇ ਇਹਦੇ ਤੇ ਹੱਥ ਲਿਖੇ ਉਰਦੂ ਦੇ ਨਾਲ ਲਿਖਿਆ ਹੋਇਆ ਹੈਗਾ, ਉਹਨੂੰ ਉਹ ਉਰਦੂ ਵਾਲੇ ਬੰਦੇ ਕੋਲੋਂ ਪੜ੍ਹਾ ਕੇ ਫਿਰ ਜੋ ਵੀ ਕਾਰਵਾਈ ਅਗਲੀ ਬਣਦੀ ਹੈ। ਸੁਰੱਖਿਆ ਏਜੰਸੀਆਂ ਦਾ ਕੀ ਯੋਗਦਾਨ ਰਿਹਾ ਫਿਰ, ਉਹਨਾਂ ਦਾ ਕੀ ਰੋਲ ਰਿਹਾ? ਸੁਰੱਖਿਆ ਏਜੰਸੀਆਂ ਜਦੋਂ ਉਹਨਾਂ ਨੂੰ ਤਲਾਹ ਦਿੱਤੀ ਗਈ ਤੇ ਉਸ ਤੇ ਆਪਣੀ ਟੀਮ ਲੈ ਕੇ ਇੱਥੇ ਪਹੁੰਚ ਗਈ ਜੀ। ਸੋ ਬਹੁਤ ਬਹੁਤ ਮਿਹਰਬਾਨੀ ਜੋਸ਼ਨ ਜੀ, ਤੁਸੀਂ ਸਾਨੂੰ ਅਪਡੇਟ ਦਿੱਤੀ। ਦੋਸਤੋ ਇੱਕ ਵਾਰੀ ਫਿਰ ਦੱਸਣਾ ਚਾਹੁੰਦਾ ਕਿ ਪਾਕਿਸਤਾਨ ਤੋਂ ਸੁਲਤਾਨਪੁਰ ਲੋਧੀ ਵਿਖੇ ਗੁਬਾਰੇ ਪਹੁੰਚੇ ਨੇ, ਲੇਕਿਨ ਜਦੋਂ ਪੂਰੀ ਛਾਣਬੀਣ ਕੀਤੀ ਗਈ ਤੇ ਇਸ ਤੋਂ ਬਕਾਇਦਾ ਤੌਰ ਤੇ ਸਿੱਧ ਹੋਇਆ ਕਿ ਇਹਨਾਂ ਗੁਬਾਰਿਆਂ ਦਾ ਸਿੱਧੇ ਦਾ ਸਿੱਧਾ ਸੰਬੰਧ ਪਾਕਿਸਤਾਨ ਦੇ ਨਾਲ ਸੀ, ਲੇਕਿਨ ਪੁਲਿਸ ਵੀ ਆਪਣੀ ਕਾਰਵਾਈ ਕਰ ਰਹੀ ਹੈ। ਸੋ ਦੋਸਤੋ ਇਹ ਹੁਣ ਤੱਕ ਦੀ ਸੀ ਅਪਡੇਟ। ਬਾਕੀ ਅਪਡੇਟਸ ਜਿਵੇਂ ਆਉਂਦੀਆਂ ਰਹਿਣਗੀਆਂ ਅਸੀਂ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਦੇ ਨਾਲ। ਮੈਨੂੰ ਆਪਣੇ ਦੋਸਤ ਸੋਮ ਸਹੋਤਾ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।